सत श्री अकाल जी, तुसीं देख दो अज की आवाज़। मैं दारा कबड्डी मौजूद हाँ जी जरखड़ स्टेडियम दे विच, जिथे कि इत्थे अज 43वीं पंजाब राज अंतर जिला प्राइमरी स्कूल हाकी चैंपियनशिप आ जिहड़ी ओह शुरू हो चुकी है। तुसीं देख सकदे हो मेरे कोल जिहड़े अलग अलग अकैडमियां दे ने बच्चे, हाकी दे खिडारी ने जिहड़े ओह इत्थे मौजूद हन। वख-वख स्कूलां दीआं अकैडमियां दीआं जिहड़ियां टीमां ने ओह आईयां पहुंचियां होईयां ने, जिथे ये बच्चे पहुंचे ने उत्थे जिहड़ियां छोटियां बच्चियां जिहड़ियां हाकी खेडदियां ने ओह भी उचेचे तौर पर पहुंचे। उन्होंने जिहड़े टीचर साहिबान ने ओह भी इत्थे पहुंचे ने, ते जिहड़े उन्हां दे पेरेंट ने ओह भी देखण वास्ते इत्थे पहुंचे ने। आपां गल करांगे कुछ बच्चिआं दे नाल भी उन्हां दा जिहड़ा अज दी परफॉर्मेंस रही आ तां किहो जिही रही आ। की नाम तुहाडा पुत्र? कवनवीर। पिंड कहिड़ा तुहाडा? कबड्डी। किहड़ी क्लास 'च पढ़दे हो? 4th। ਤੁਸੀਂ ਅਕੈਡਮੀ ਦੇ ਵਿੱਚ ਖੇਡਦੇ ਹੋ? ਹਾਂਜੀ। ਕੀ ਅਕੈਡਮੀ ਦਾ ਨਾਮ? ਜਰਖੜ ਸਕੂਲ। ਜਰਖੜ ਸਕੂਲ ਦੇ ਵਿੱਚ ਤੁਸੀਂ ਟੂਰਨਾ ਅੱਜ ਜਿਹੜਾ ਆਪਣਾ ਮੈਚ ਸੀ ਉਹ ਖੇਡ ਚੁੱਕੇ ਹੋ, ਕਿਹਦੇ ਨਾਲ ਤੁਹਾਡਾ ਮੁਕਾਬਲਾ ਹੋਇਆ? ਬਰਨਾਲਾ। ਕਿੰਨੇ ਗੋਲਾਂ 'ਤੇ ਤੁਸੀਂ ਜਿੱਤੇ ਹੋ? ਪਤਾ ਨਹੀਂ। ਕਿੰਨੇ ਗੋਲਾਂ 'ਤੇ? 8 ਗੋਲਾਂ 'ਤੇ। ਤੁਹਾਡੇ 8 ਸੀ, ਬਰਨਾਲੇ ਦੇ 0। ਉਹਨਾਂ ਕੋਈ ਗੋਲ ਨਹੀਂ ਹੋਣ ਦਿੱਤਾ ਤੁਸੀਂ? ਨਹੀਂ। ਤੁਹਾਡਾ ਨਾਮ ਕੀ ਹੈ? ਪ੍ਰਭਜਾਤ। ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? ਮੈਂ 5th 'ਚ ਪੜ੍ਹਦਾ। 5th ਵਿੱਚ। ਕਿਹੜੇ ਸਕੂਲ 'ਚ ਪੜ੍ਹਦੇ ਹੋ? ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ। ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ। ਤੁਸੀਂ ਅਕੈਡਮੀ 'ਚ ਕਿੰਨੇ ਚਿਰ ਤੋਂ? ਮੈਂ ਜੀ ਮੈਨੂੰ 2 ਮਹੀਨੇ ਹੋ ਗਏ ਜੀ ਅਕੈਡਮੀ 'ਚ। ਅਤੇ ਕਿਹੜੀ ਟੀਮ ਨਾਲ ਤੁਹਾਡਾ ਅੱਜ ਮੁਕਾਬਲਾ ਹੋਇਆ? ਅੱਜ ਹੋਇਆ ਸਾਡਾ ਨਾ ਬਰਨਾਲਾ ਜੀ। ਕਿਵੇਂ ਰਹੀ ਤੁਹਾਡੀ ਪਰਫੋਰਮੈਂਸ ਜੀ? ਮੈਨੂੰ ਬਹੁਤ ਵਧੀਆ ਲੱਗਿਆ ਕਿ ਮੇਰੀ ਟੀਮ ਇੰਨੀ ਵਧੀਆ ਖੇਲੀ ਅਤੇ ਬਹੁਤ ਸਾਰੇ ਪਾਸਿਸ ਦਿੱਤੇ। ਪਿੰਡ ਤੋਂ? ਜਰਖਲ। ਕਿੰਨਾ ਚਿਰ ਹੋ ਗਿਆ ਤੁਹਾਨੂੰ ਅਕੈਡਮੀ 'ਚ ਖੇਡਦੇ ਹੋ? ਇਹ ਹਫ਼ਤਾ ਹੀ ਹੋਇਆ। ਇੱਕ ਹਫ਼ਤਾ ਹੋਇਆ ਤੁਹਾਨੂੰ? ਦੇਖੋ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਜਿਹੜੇ ਇਹ ਅਜੇ ਥੋੜ੍ਹਾ ਟਾਈਮ ਤੋਂ ਹੀ ਅਕੈਡਮੀ ਦੇ ਨਾਲ ਜੁੜੇ ਨੇ, ਪਰ ਅੱਜ ਜਿਹੜੀ ਇਹਨਾਂ ਦੀ ਪਰਫੋਰਮੈਂਸ ਦੇਖਣ ਨੂੰ ਮਿਲੀ ਆ ਸੀ ਬਹੁਤ ਹੀ ਵਧੀਆ ਜਿਹੜੀ ਪਰਫੋਰਮੈਂਸ ਅੱਜ ਇਹਨਾਂ ਨੇ ਦਿਖਾਈ ਹੈ। ਜਿਵੇਂ ਇਹਨਾਂ ਨੇ ਦੱਸਿਆ ਬਈ 8-0 ਦੇ ਮੁਕਾਬਲੇ ਜਿਹੜੀ ਅੱਜ ਇਹਨਾਂ ਦੀ ਇਹ ਟੀਮ ਜਿੱਤੂ ਰਹੀ ਹੈ, ਤੁਹਾਡਾ ਨਾਂ ਕੀ ਹੈ? ਸਾਹਿਬਦੀਪ ਸਿੰਘ। ਤੁਸੀਂ ਕਿੰਨਾ ਟਾਈਮ ਤੋਂ ਜੁੜੇ ਹੋ ਅਕੈਡਮੀ ਨਾਲ? ਮੈਨੂੰ 1-2 ਮਹੀਨੇ ਹੋ ਗਏ। 1 ਮਹੀਨਾ, ਤੁਹਾਨੂੰ ਹਫ਼ਤਾ ਹੋਇਆ ਨਾ। ਤੁਹਾਡਾ ਨਾਂ ਕੀ ਹੈ? ਅਜੇ ਪ੍ਰਤਾਪ ਸਿੰਘ। ਤੁਸੀਂ ਕਿੰਨੇ ਚਿਰ ਤੋਂ ਜੁੜੇ ਹੋ ਅਕੈਡਮੀ ਨਾਲ? ਮੈਂ ਜੁੜੇ ਹਨ। ਅੱਛਾ, ਅਤੇ ਨਾਂ ਕੀ ਹੈ ਤੁਹਾਡਾ? ਅਜੇ ਪ੍ਰਤਾਪ ਸਿੰਘ। ਕਿੰਨੇ ਗੋਲਾਂ ਦੇ ਜਿੱਤੋ ਅੱਜ? 8। ਅੱਛਾ ਅੱਛਾ। ਤੁਹਾਡਾ ਨਾਂ? ਅਕੁਸ਼ ਕੁਮਾਰ। ਤੁਸੀਂ ਕਿੰਨੇ ਚਿਰ ਤੋਂ ਅਕੈਡਮੀ ਨਾਲ ਜੁੜੇ ਹੋ? 2 ਸਾਲ। 2 ਸਾਲ ਹੋ ਗਏ ਤੁਹਾਨੂੰ? ਕਿੰਨੇ ਗੋਲਾਂ 'ਤੇ ਅੱਜ ਜਿੱਤੇ ਹੋ? 8-0 'ਤੇ। 8-0। ਤੁਸੀਂ ਇਕੱਲਿਆਂ ਨੇ 6 ਗੋਲ ਕੀਤੇ ਨੇ। ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਖਿਡਾਰੀ ਮੇਰੇ ਸਾਹਮਣੇ ਖੜਾ, ਇਹਨਾਂ ਨੇ ਇਕੱਲਿਆਂ ਨੇ ਜਿਹੜੇ 6 ਗੋਲ ਇਕੱਲਿਆਂ ਨੇ ਕੀਤੇ ਨੇ, ਇਹਨਾਂ ਦੇ ਲਈ ਤਾੜੀ ਲਾ ਦਿਓ ਸਾਰੇ। ਇਹ ਇਹਨਾਂ ਦੀ ਜਿਹੜੀ ਪਰਫੋਰਮੈਂਸ ਅੱਜ ਜਰਖੜ ਸਟੇਡੀਅਮ ਦੇ ਵਿੱਚ ਦੇਖਣ ਨੂੰ ਮਿਲੀ ਹੈ, ਬਹੁਤ ਹੀ ਵਧੀਆ ਜਿਹੜੀ ਇਹਨਾਂ ਦੀ ਪਰਫੋਰਮੈਂਸ ਸੀ। ਤੁਸੀਂ ਤੁਹਾਡਾ ਨਾਂ ਕੀ ਹੈ? ਵਿੱਕੀ ਸਿੰਘ। ਵਿੱਕੀ ਸਿੰਘ, ਕਿਹੜੀ ਕਲਾਸ ਪੜ੍ਹਦੇ ਹੋ? 4th। ਤੁਸੀਂ ਕਿਹੜੀ ਕਲਾਸ 'ਚ? 4th। ਤੁਸੀਂ? 5। 5th। ਤੁਸੀਂ ਦੇਖ ਸਕਦੇ ਹੋ ਸਾਰੇ ਬੱਚੇ ਨੇ ਜਿਹੜੇ 4th-5ਵੀਂ ਦੇ ਜਿਹੜੇ ਇਹ ਇੰਨੀ ਇਹ ਕਲਾਸਾਂ ਦੇ ਨੇ। ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ? 5ਵੀਂ 'ਚ। ਤੁਸੀਂ ਤੁਹਾਡਾ ਨਾਂ ਕੀ ਹੈ? ਸੂਰਜ ਕੁਮਾਰ। ਅੱਜ ਜਿੱਤੇ ਹੋ ਤੁਸੀਂ? ਹਾਂਜੀ। ਕਿੰਨੇ ਗੋਲਾਂ 'ਚ ਜਿੱਤੇ ਹੋ? 8 ਗੋਲਾਂ 'ਤੇ। ਇਹ ਜਿਹੜੀ ਟੀਮ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਸਾਹਮਣੇ ਖੜੀ ਆ, ਇਹਨਾਂ ਦੇ ਜਿਹੜੇ ਤੁਹਾਡੇ ਕੋਚ ਸਾਹਿਬਾਨ ਕਿਹੜੇ ਨੇ ਇੱਥੇ? ਇਹ ਤੁਸੀਂ ਵੀਰ ਜੀ, ਇਹਨਾਂ ਦੇ ਪੇਰੈਂਟ ਤੁਸੀਂ ਆਇਓ, ਅੱਗੇ ਆਇਓ। ਇਹ ਜਿਹੜੇ ਬੱਚੇ ਨੇ ਇਹਨਾਂ ਦੇ ਜਿਹੜੇ ਪੇਰੈਂਟ ਨੇ ਉਹ ਵੀ ਇੱਥੇ ਚੇਚੇ ਤੌਰ 'ਤੇ ਇਹਨਾਂ ਦੀ ਜਿਹੜੀ ਪਰਫੋਰਮੈਂਸ ਆ ਦੇਖਣ ਵਾਸਤੇ ਪਹੁੰਚੇ। ਆਪਾਂ ਇਹਨਾਂ ਨਾਲ ਗੱਲ ਕਰਾਂਗੇ, ਤੁਹਾਨੂੰ ਕਿਹੋ ਜਿਹਾ ਲੱਗਦਾ ਤੁਹਾਡੇ ਜਿਹੜੇ ਅੱਜ ਬੱਚੇ ਦੀ ਇਹਨਾਂ ਨੇ ਇਕੱਲਿਆਂ ਨੇ 6 ਗੋਲ ਕੀਤੇ ਨੇ ਅੱਜ, ਕਿਵੇਂ ਲੱਗੇ ਤੁਹਾਨੂੰ? ਬਹੁਤ ਵਧੀਆ ਲੱਗਿਆ ਜੀ। 1 ਗੋਲ ਇਹਦਾ ਸੀਗਾ, 1 ਹੋਰ ਮੁੰਡੇ ਦਾ ਸੀ, 6 ਅੰਕੁਸ਼ ਦੇ ਸੀਗੇ। ਬਹੁਤ ਵਧੀਆ ਲੱਗਦਾ ਵੀ ਇਹੋ ਜਿਹੇ ਛੋਟੇ ਬੱਚਿਆਂ ਨੂੰ ਅਸੀਂ ਗਰਾਊਂਡਾਂ ਦੇ ਵੱਲ ਲੈ ਕੇ ਜਾਂਦੇ ਹਾਂ, ਤਾਂ ਜਦੋਂ ਇਹ ਵੱਡੇ ਹੋਣਗੇ ਤਾਂ ਨਰੋਗ ਅਤੇ ਨਸ਼ਿਆਂ ਤੋਂ ਰਹਿਤ ਬਣਨਗੇ। ਇਹ ਤਾਂ ਹੈ ਜੀ, ਸਹੀ ਗੱਲ ਆ ਤੁਹਾਡੀ। ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦਾ ਕੀ ਮਾਹੌਲ ਆ, ਹੈ ਨਾ? ਅਤੇ ਗਰਾਊਂਡਾਂ 'ਚ ਆ ਕੇ ਬੰਦੇ ਦੀ ਵਧੀਆ ਸਮਾਂ ਅਤੇ ਫਿਜ਼ੀਕਲੀ ਫਿਟਨੈਸ ਵੀ ਬਹੁਤ ਵਧੀਆ ਹੋ ਜਾਂਦੀ ਆ। ਕੀ ਖੁਰਾਕ ਦਿੰਦੇ ਹੋ ਤੁਸੀਂ ਬੱਚਿਆਂ ਨੂੰ? ਬਸ ਜੀ ਜਿਹੜੀ ਆਮ ਖੁਰਾਕ ਘਰਾਂ 'ਚ ਹੁੰਦੀ ਆ, ਅੱਜ ਕੱਲ੍ਹ ਤਾਂ ਸਾਗ ਹੀ ਚੱਲਦਾ ਜੀ। ਅਤੇ ਅਕੈਡਮੀ ਦੇ ਵਿੱਚ ਤੁਹਾਨੂੰ ਕੋਈ ਕਿਸੇ ਕਿਸਮ ਦੀ ਦਿੱਕਤਾਂ ਨਹੀਂ? ਨਹੀਂ ਨਹੀਂ, ਇਹ ਵੈਸੇ ਨਨਕਾਣੇ 'ਚ ਪੜ੍ਹਦਾ ਵਾ ਅਤੇ ਇਹਦੀ ਸਿਲੈਕਸ਼ਨ ਕਿਲਾ ਰੈਪਰ। ਹਾਂਜੀ ਹਾਂਜੀ, ਅਕੈਡਮੀ 'ਚ ਸਿਲੈਕਸ਼ਨ ਹੋਈ ਹੈ। ਹਾਂਜੀ ਹਾਂਜੀ, ਠੀਕ ਆ। ਅੱਜ ਦੀ ਪਰਫੋਰਮੈਂਸ ਦੇਖ ਕੇ ਤੁਹਾਨੂੰ ਕਿਵੇਂ ਮਾਣ ਮਹਿਸੂਸ ਹੋ ਰਿਹਾ ਬੱਚੇ 'ਤੇ? ਆਉਂਦਾ ਜੀ, ਬਸ ਥੋੜ੍ਹਾ ਘਬਰਾ ਕੇ ਖੇਡਦਾ ਕਿਉਂਕਿ ਮੁੰਡੇ ਸਾਰੇ ਇਹਦੇ ਲਈ ਨਵੇਂ ਨੇ ਇਹ, ਜਿੱਦਾਂ ਇਹ ਹੋਰ ਸਕੂਲ 'ਚ ਆਏ ਸਾਰੇ ਅਕੈਡਮੀ ਦੇ ਨੇ, ਪਰ ਉਹ ਚਲੋ ਹੌਲੀ ਹੌਲੀ ਫਰੈਂਡ ਬਣ ਜਾਣਗੇ ਇੱਕ ਦੂਜੇ ਦੇ, ਤੇ ਹੈ ਨਾ, ਫਿਰ ਠੀਕ ਹੋ ਜੂਗਾ। ਤੁਹਾਨੂੰ ਲੱਗਦਾ ਜਿਵੇਂ ਅੱਜ ਪਹਿਲੀ ਵਾਰੀ ਜਰਖੜ ਸਟੇਡੀਅਮ ਦੇ ਵਿੱਚ ਜਿਹੜੀਆਂ ਬੱਚਿਆਂ ਦੀਆਂ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਹੋ ਰਹੀਆਂ ਨੇ, ਵੀ ਇਸ ਤਰ੍ਹਾਂ ਇਹ ਖੇਡਾਂ ਹਰ ਸਾਲ ਹੋਣੀਆਂ ਚਾਹੀਦੀਆਂ? ਹਾਂਜੀ ਹਾਂਜੀ, ਇਹ ਸਰਦਾਰ ਜਗਰੂਪ ਸਿੰਘ ਜਰਖੜ ਜੀ ਦਾ ਬਹੁਤ ਵੱਡਾ ਉਪਰਾਲਾ ਜੀ, ਇਹਨਾਂ ਕਰਕੇ ਬੱਚੇ ਜਿਵੇਂ ਅੱਗੇ ਜਾਂਦੇ ਨੇ। ਬਹੁਤ ਵਧੀਆ ਗੱਲਬਾਤ ਆ, ਪਿੰਡ ਦੀ ਪੂਰੀ ਐਨ ਘੈਂਟ। ਪ੍ਰਗਟ ਸਿੰਘ ਜੀ ਕੋਚ, ਉਹ ਵੀ ਬਹੁਤ ਵਧੀਆ ਇਹਨਾਂ ਨੂੰ ਹੈ ਨਾ ਟ੍ਰੇਨਿੰਗ ਦਿੰਦੇ ਆ।
ਤੁਸੀਂ ਦੇਖਿਆ ਵੀ ਜਿੱਥੇ ਇਹ ਬੱਚੇ ਖੁਸ਼ ਨਜ਼ਰ ਆ ਰਹੇ ਨੇ ਉੱਥੇ ਜਿਹੜੇ ਇਹਨਾਂ ਦੇ ਪੇਰੈਂਟ ਨੇ ਉਹ ਵੀ ਬਹੁਤ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਛੋਟੇ ਛੋਟੇ ਬੱਚਿਆਂ ਦੀ ਅੱਜ ਪਰਫੋਰਮੈਂਸ ਦੇਖ ਕੇ ਇਹਨਾਂ ਨੂੰ ਜਿਹੜੇ ਇਹਨਾਂ ਦੇ ਪੇਰੈਂਟ ਨੇ ਬਹੁਤ ਜਿਹੜਾ ਉਹ ਮਾਣ ਮਹਿਸੂਸ ਕਰ ਰਹੇ ਹਨ। ਜਿਹੜੀ ਅੱਜ ਦੀਆਂ ਗੇਮਾਂ ਹੋ ਰਹੀਆਂ ਨੇ ਜੀ ਇਹਦੇ ਬਾਰੇ ਦੱਸੋ ਕੁਛ। ਹਾਂਜੀ, ਇਹ 43ਵੀਆਂ ਪ੍ਰਾਇਮਰੀ ਸਕੂਲ ਇੰਟਰ ਡਿਸਟ੍ਰਿਕਟ ਜਿਹੜੀ ਗੇਮਜ਼ ਨੇ ਇਹ ਜਰਖੜ ਖੇਡ ਸਟੇਡੀਅਮ 'ਚ ਹੋ ਰਹੀਆਂ ਨੇ, ਜਿਹਦੇ ਵਿੱਚ ਹਾਕੀ ਦੇ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਔਰ ਪੰਜਾਬ ਭਰ ਦੇ ਵਿੱਚੋਂ ਹਰ ਜ਼ਿਲ੍ਹੇ 'ਚੋਂ ਟੀਮ ਆਈ ਆ ਔਰ 23 ਟੀਮਾਂ ਮੁੰਡਿਆਂ ਦੀਆਂ ਨੇ ਅਤੇ 23 ਟੀਮਾਂ ਕੁੜੀਆਂ ਦੀਆਂ ਨੇ। 1500 ਦੇ ਕਰੀਬ ਖਿਡਾਰੀ ਇਹ ਖੇਡਾਂ ਦੇ ਵਿੱਚ ਪਾਰਟੀਸਪੇਟ ਕੀਤਾ ਵਾ ਔਰ ਜਿਹੜੀ ਸਭ ਤੋਂ ਵਧੀਆ ਗੱਲ ਇਹ ਲੱਗੀ ਆ ਵੀ ਪ੍ਰਾਇਮਰੀ ਪੱਧਰ ਦੇ ਉੱਤੇ ਜਾਂ ਗ੍ਰਾਸਰੂਟ 'ਤੇ ਖੇਡਣ ਨੂੰ ਸਟਾਰਟ ਕਰਨਾ ਇਹ ਸਰਕਾਰ ਦਾ ਉਪਰਾਲਾ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਅੱਜ ਤੱਕ ਅਸੀਂ ਵੀ ਪ੍ਰਾਇਮਰੀ ਸਕੂਲ 'ਚ ਪੜ੍ਹੇ ਹਾਂ, ਮੈਂ ਨਹੀਂ ਕਦੇ ਇੱਦਾਂ ਦਾ ਦੇਖਿਆ ਹੈਗਾ ਵੀ ਪ੍ਰਾਇਮਰੀ ਪੱਧਰ 'ਤੇ ਇਸ ਲੈਵਲ ਦੀਆਂ ਖੇਡਾਂ ਹੋਈਆਂ ਹੋਣ ਔਰ ਖੇਡਾਂ ਚਲੋ ਹੁਣ ਇੱਕ ਵੱਖਰੀ ਗੱਲ ਆ ਔਰ ਜੋ ਬੱਚਿਆਂ ਦਾ ਟੇਲੈਂਟ ਆ ਔਰ ਜਿਹੜੇ ਬੱਚੇ 8 ਸਾਲ ਦੇ 9 ਸਾਲ ਦੇ ਜਾਂ 3ਜੀ ਕਲਾਸ ਦੇ ਚੌਥੀ ਕਲਾਸ ਦੇ ਨੇ ਅਤੇ ਟੇਲੈਂਟ ਦੇਖਿਆ ਵਾਕਈ ਉਹ ਤਰੀਫ ਬਣਦਾ ਵਾ ਇੱਕ ਇਹ ਟੇਲੈਂਟ ਸਰਚ ਵਜੋਂ ਖੇਡਾਂ ਹੁੰਦੀਆਂ ਨੇ ਔਰ ਇਹ ਜਿੰਨੀ ਵੀ ਸਰਕਾਰ ਦੀ ਤਾਰੀਫ ਕੀਤੀ ਜਾਵੇ ਉੱਨੀ ਥੋੜ੍ਹੀ ਆ ਕਿ ਹਾਲਾਂਕਿ ਕਿਉਂਕਿ ਜਦੋਂ ਵੀ ਤੁਸੀਂ ਇੰਡੀਆ ਨੇ ਜਾਂ ਪੰਜਾਬ ਨੇ ਵਰਲਡ ਲੈਵਲ ਦੇ ਸਪੋਰਟਸ ਦੇ ਵਿੱਚ ਸਰਵਾਈਵ ਹੋਣਾ ਤਾਂ ਸਾਨੂੰ ਸਭ ਤੋਂ ਪਹਿਲਾਂ ਇਹੀ ਹੈ ਵੀ ਸਾਨੂੰ ਪ੍ਰਾਇਮਰੀ ਪੱਧਰ 'ਤੇ ਇਹੀ ਖੇਡਾਂ ਸਟਾਰਟ ਕਰਨੀਆਂ ਚਾਹੀਦੀਆਂ ਨੇ ਔਰ ਮੈਂ ਸਰਕਾਰ ਨੂੰ ਬੇਨਤੀ ਵੀ ਕਰਦਾ ਵਾਂ ਵੀ ਖੇਡਾਂ ਨੂੰ ਪ੍ਰਾਇਮਰੀ ਪੱਧਰ 'ਤੇ ਲਾਜ਼ਮੀ ਕੀਤਾ ਜਾਵੇ ਵੀ ਹਰ ਸਕੂਲ ਨੂੰ ਕਿਹਾ ਜਾਵੇ ਵੀ ਕਿ ਕੁਝ ਨਾ ਕੋਈ ਪਾਰਟੀਸਪੇਟ ਕਰਨ ਔਰ ਖਾਸ ਕਰਕੇ ਕੁੜੀਆਂ ਵਾਸਤੇ ਕਿਉਂਕਿ ਕੁੜੀਆਂ ਸਾਡੀ ਟੈਲੈਂਟ ਬਹੁਤ ਆ, ਕੁੜੀਆਂ ਨੂੰ ਕੋਈ ਓਪਰਚੁਨਿਟੀ ਨਹੀਂ ਮਿਲਦੀ ਨਾ ਖੇਡਣ ਦੀ ਮਿਲਦੀ ਹੈ ਨਾ ਮੁੜ ਕੇ ਜੋਬ ਦੀ ਮਿਲਦੀ ਹੈ। ਜਦੋਂ ਜੇ ਕੋਈ ਸਪੋਰਟਸ ਪੋਲਿਸੀ ਜਦੋਂ ਵੀ ਬਣਾਉਣੀ ਆ ਜਾਂ ਜਿਹੜੀ ਵੀ ਪੋਲਿਸੀ ਬਣੀ ਆ ਉਹ ਸੁਧਾਰ ਕਰਕੇ ਕੋਈ ਉਹਦੇ ਵਿੱਚ ਕੁੜੀਆਂ ਦੀ ਵਾਸਤੇ ਕੋਈ ਵਿਲੱਖਣ ਹੋਣੀ ਚਾਹੀਦੀ ਹੈ, ਉਹਨਾਂ ਨੂੰ ਖੇਡਾਂ ਦੀ ਓਪਰਚੁਨਿਟੀ, ਉਹਨਾਂ ਨੂੰ ਫੈਸਿਲਿਟੀਜ਼ ਅਤੇ ਉਹਨਾਂ ਨੂੰ ਜਿਹੜੀਆਂ ਅੱਗੇ ਗਾਂਹ ਰੁਜ਼ਗਾਰ ਦੇ ਮੌਕੇ ਆ ਉਹ ਮਿਲਣੇ ਚਾਹੀਦੇ ਨੇ ਔਰ ਇਹ ਜਿੰਨੀਆਂ ਵੀ ਗੇਮਜ਼ ਨੇ ਵੱਧ ਤੋਂ ਵੱਧ ਜਿਨ੍ਹਾਂ ਦੇ ਵਿੱਚ ਇੰਡੀਆ ਟੋਪ ਸਰਵਾਈਵ ਕਰਦਾ ਜਿੱਦਾਂ ਹਾਕੀ ਦੇ ਵਿੱਚ ਅਸੀਂ ਅੱਜ ਵਰਲਡ ਦੀਆਂ ਟੋਪ 4 ਦੇ ਵਿੱਚ ਹਾਂ ਜਾਂ ਜਿਹੜੀਆਂ ਹੋਰ ਗੇਮ ਜਿਹਨੇ ਐਥਲੈਟਿਕਸ ਹੈਗੀ ਆ, ਬੋਕਸਿੰਗ ਹੈਗੀ ਆ, ਵਾਲੀਬਾਲ ਹੈਗੀ, ਇਹ ਵੱਧ ਤੋਂ ਵੱਧ ਗੇਮਾਂ ਇਹ ਪ੍ਰਾਇਮਰੀ ਪੱਧਰ 'ਤੇ ਕਰਵਾਈਆਂ ਜਾਣ ਜਦੋਂ ਅਸੀਂ ਗ੍ਰਾਸਰੂਟ 'ਤੇ ਮਜ਼ਬੂਤ ਹੋਵਾਂਗੇ ਅਤੇ ਉੱਪਰਲੇ ਲੈਵਲ 'ਤੇ ਅਸੀਂ ਆਪਦੇ ਆਪ ਹੀ ਮਜ਼ਬੂਤ ਹੋ ਜਾਵਾਂਗੇ। ਰਾਂਝੀ, ਜਿਵੇਂ ਗੇਮਾਂ ਹੈਂਡਬਾਲ ਅਤੇ ਹੋਕੀ ਇਸ ਵਾਰ ਪਹਿਲੀ ਵਾਰ ਆਪਣੇ ਸਰਕਾਰ ਨੇ ਇਹ ਲੈ ਕੇ ਆਉਂਦੀ ਹੈ ਪ੍ਰਾਇਮਰੀ ਸਕੂਲ ਦੇ ਲੈਵਲ 'ਤੇ, ਜੀ ਜੀ, ਉਹਦੇ ਵਾਸਤੇ ਤੁਸੀਂ ਦੇਖਿਓ ਬੱਚਿਆਂ 'ਚ ਕੀ ਪ੍ਰਭਾਵ ਆ ਜੀ ਉਹਦਾ? ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇੰਨਾ ਟੈਲੈਂਟ ਆ ਬੱਚਿਆਂ 'ਚ, ਮੈਂ ਦੇਖ ਰਿਹਾ ਜੀ ਇੱਕ ਬਠਿੰਡੇ ਦੀਆਂ ਕੁੜੀਆਂ ਖੇਡ ਰਹੀਆਂ ਸੀਗੀਆਂ, ਉਹ ਕਹਿੰਦੇ 3 ਭੈਣਾਂ ਨੇ, ਉਹ ਮੈਨੂੰ ਮਤਲਬ ਚੇਤੇ ਆ ਗਏ ਆ, ਸੈਣੀ ਸਿਸਟਰਸ ਦੀ ਹੁੰਦੀਆਂ ਸੀ ਅਸੀਂ ਫਰੀਦਕੋਟ ਤੋਂ, ਉਹ 4 ਭੈਣਾਂ ਸੀ, 4 ਹੀ ਭੈਣਾਂ ਇੰਡੀਆ ਖੇਡੀਆਂ ਸੀਗੀਆਂ, ਇੱਦਾਂ ਹੀ ਬਾਸਕਟਬਾਲ 'ਚ ਚੀਮਾ ਬ੍ਰਦਰ ਸੀਗੇ, 5 ਭਰਾ ਸੀ, 5 ਹੀ ਖੇਡੇ ਸੀ, ਅਤੇ ਜੇ ਉਹ 3 ਕੁੜੀਆਂ 'ਚ ਇੰਨਾ ਟੈਲੈਂਟ ਹੈਗਾ ਵਾ ਅਤੇ ਜਾਂ ਹੋਰ ਟੀਮਾਂ ਦੇ ਵਿੱਚ ਬਹੁਤ ਆ, ਜਰਖੜ ਦੇ ਵਿੱਚ ਇੱਕ ਮੁੰਡਾ ਖੇਡਦਾ ਵਾ, ਉਹ ਬੇਚਾਰੇ ਇੱਥੇ ਪੱਠੇ 'ਤੇ ਲੇਬਰ ਕਰਦਾ ਉਹਦੇ ਫਾਦਰ ਅਤੇ ਉਹਦੇ ਦਾਦਾ, ਔਰ ਜੇ ਟੈਲੈਂਟ ਦੇਖੋ ਉਸ ਦਿਨ ਜਦੋਂ ਖੇਡ ਰਿਹਾ ਸੀ ਸਾਰਿਆਂ ਨੇ ਇਹਨਾਂ ਨੂੰ ਹੱਕ ਆਪਣੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਖਿਤਾਬ ਦਿੱਤਾ, ਇੰਨਾ ਤੇਜ਼ ਸੀ, ਕੁੱਲ 30 ਗੋਲ ਹੋਏ, 30 ਚੋਂ 28 ਗੋਲ ਉਹਨੇ ਇਕੱਲੇ ਨੇ ਕੀਤੇ ਹਾਕੀ ਦੀ ਸਟਿੱਕ ਨਾਲ, ਫਾਈਨਲ ਦੇ ਵਿੱਚ 7 ਗੋਲ ਇਕੱਲਾ ਕਰ ਗਿਆ, ਇਸ ਕਰਕੇ ਵੀ ਇਹ ਇੱਕ ਬੜੀ ਵੱਡੀ ਟੈਲੈਂਟ ਸਰਚ ਹੈਗੀ ਆ। ਅਤੇ ਮੈਂ ਤਾਂ ਸਾਡੇ ਹਲਕਾ ਵਿਧਾਇਕ ਜਿਹੜੇ ਸਰਦਾਰ ਜੀਵਨ ਸਿੰਘ ਸੰਘੋਵਾਲ, ਉਹ ਖੇਡਾਂ ਦਾ ਉਦਘਾਟਨ ਕਰਕੇ ਗਏ ਨੇ ਔਰ ਉਹਨਾਂ ਲਈ ਵੀ ਇੱਕ ਮਾਣ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਹਲਕੇ ਦੇ ਵਿੱਚ ਇਹ ਸਟੇਟ ਲੈਵਲ ਦਾ ਫੰਕਸ਼ਨ ਹੋ ਰਿਹਾ ਅਤੇ ਹੈਂਡਬਾਲ ਦੀਆਂ ਗੇਮ 'ਚ ਕਬੱਡੀ ਹੋ ਰਹੀਆਂ ਨੇ ਅਤੇ ਹਾਕੀ ਜਰਖੜ ਦੇ ਵਿੱਚ ਹੋ ਰਹੀ ਆ, ਸਾਰੇ ਸਕੂਲ ਉਹਨਾਂ ਨੇ ਬਿਜ਼ੀ ਕੀਤੇ ਹੋਏ ਨੇ, ਕਿਤੇ ਟੀਮਾਂ ਠਹਿਰੀਆਂ ਨੇ, ਕਿਤੇ ਰੋਟੀ ਦਾ ਕੁਛ ਬਣ ਰਿਹਾ ਅਤੇ ਸਾਰੇ ਅਕੋਮੋਡੇਸ਼ਨ ਦਾ ਕੁਛ ਹੋ ਰਿਹਾ ਵਾ, ਔਰ ਬੜਾ ਵਧੀਆ ਗੱਲ ਹੈਗੀ ਆ ਕਿਉਂਕਿ ਜਦੋਂ ਸਾਡੇ ਪੋਲੀਟੀਕਲ ਬੰਦੇ ਨੇ ਜਿਹੜੇ ਉਹ ਉਹਨਾਂ ਦੀ ਇਨਵੋਲਵਮੈਂਟ ਇਸ ਪੱਧਰ 'ਤੇ ਹੋ ਗਈ ਅਤੇ ਆਪਦੇ ਆਪ ਹੀ ਪੰਜਾਬ ਦੇ ਵਿੱਚ ਜਿਹੜੀ ਡਰੱਗ ਦੀ ਸਮੱਸਿਆ ਸਭ ਤੋਂ ਵੱਡੀ ਆ ਇਸ ਟਾਈਮ, ਉਹ ਆਪਦੇ ਆਪ ਹੀ ਖਤਮ ਹੋ ਜੂ ਕਿਉਂਕਿ ਇੱਕ ਡਰੱਗ ਕੀ ਆ, ਡਰੱਗ ਵੀ ਇੱਕ ਕੀ ਉਹਨੂੰ ਕਹਾਂਗੇ ਵੀ ਬੰਦਾ ਜਿਹੜਾ ਡਰੱਗ ਵੱਲ ਲੱਗਦਾ ਉਹ ਪ੍ਰਮੋਟ ਕੀਤੀ ਜਾਂਦੀ ਆ ਤਾਂ ਉਹਦੇ ਨੂੰ ਬੱਚਾ ਜਾਂਦਾ ਵਾ, ਜੇ ਤੁਸੀਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਜਵਾਕ ਜਾਣਗੇ ਖੇਡਾਂ ਵੱਲ, ਇਸ ਕਰਕੇ ਆ ਵੀ ਜਿੰਨਾ ਅਸੀਂ ਪ੍ਰਾਇਮਰੀ ਪੱਧਰ 'ਤੇ ਮਿਡਲ ਪੱਧਰ ਦੇ ਉੱਤੇ ਕਰਾਂਗੇ, ਇਸ ਤੋਂ ਬਾਅਦ ਜਿਹੜੀ ਹਾਇਰ ਸੈਕੰਡਰੀ ਲੈਵਲ ਦੀ ਸਪੋਰਟਸ ਆ ਜਾਂ ਕਾਲਜ ਲੈਵਲ ਦੀ ਸਪੋਰਟਸ ਆ ਉਹਦੇ ਵੱਲ ਵੀ ਚੇਚਾ ਧਿਆਨ ਦੇਣਾ ਚਾਹੀਦਾ, ਜਦੋਂ 4 ਸਪੋਰਟਸ ਪ੍ਰਾਇਮਰੀ ਮਿਡਲ ਹਾਈ ਐਂਡ ਕਾਲਜ ਦੀ ਸਪੋਰਟਸ ਇਹਨਾਂ 'ਤੇ ਧਿਆਨ ਦਿੱਤਾ ਗਿਆ ਤਾਂ ਇੱਥੇ ਪੰਜਾਬ ਦੇ ਵਿੱਚ ਕੋਈ ਡਰੱਗ ਦੀ ਸਮੱਸਿਆ ਨਹੀਂ ਹੋਣੀ, ਸਮਾਂ 'ਤੇ ਪੰਜਾਬ ਦਾ ਜਿਹੜਾ ਸਪੋਰਟਸ ਕਲਚਰ ਆ ਉਹ ਇੰਨਾ ਕੁ ਪੂਰਾ ਮਜ਼ਬੂਤ ਹੋ ਜਾਵੇਗਾ ਵੀ ਆਪਦੇ ਆਪ ਡਰੱਗ ਦੀ ਸਮੱਸਿਆ ਵੀ ਖਤਮ ਹੋ ਜੂ, ਜਿਹੜੀ ਪੰਜਾਬ ਦਾ ਯੂਥ ਆ ਉਹ ਆਪਦੇ ਆਪ ਵੀ ਇੱਕ ਸਹੀ ਪਾਸੇ ਵੱਲ ਨੂੰ ਤੁਰਪੂਗਾ। ਉਹ ਦੇਖੋ ਮੈਂ ਨਹੀਂ ਉਹਦੇ ਬਾਰੇ ਕਹਿ ਸਕਦਾ, ਉਹ ਜਿਹੜੀ ਕਮੇਟੀ ਆ ਉਹ ਕਰ ਰਹੀ ਆ, ਪਰ ਅਸੀਂ ਮੈਂ ਇੱਕ ਹੋਰ ਬੇਨਤੀ ਕਰਦਾ NRA ਵੀਰਾਂ ਨੂੰ ਵੀ
खास करके जिहड़े पंजाब दे पिंड ने भी जरखड़ खेड स्टेडियम खेडां दा अजूबा बन रहा किन्ना एक काम आ रहा बच्चे देखो इतने अज 1500 के करीब खिडारी ये पार्टीसपेट कर रहे हैं उन्होंने स्टेडियम देख रहे हैं कोई जिहड़े साडे पास्ट हीरोआं दे स्टैचू लगे ने उन्होंने फोटोआं करा रहे हैं एस्ट्रो टर्फ के उत्ते खेडण दा अभ्यास आ लगा टर्फ साडी आपदी प्राइवेट तौर पर लाई है भी हर पिंड आपदे पिंड इदा उपराला करना चाहिए एन आर ए वीर बेनती है भी वो एम ही ना कबड्डी कप्पा के मगर आदि फोटो के मगर लगन वो कोई ना कोई 4-5 लाख रुपये साल का आपके पिंड खर्चने इन्ने ही स्पोर्ट्स पिंड चल पी अगर जो स्पोर्ट्स चल पेगी तो स्पोर्ट्स कल्चर आप ही होगा जरा यूथ आ पिंड का वो आप ही खेडा वालों तुर पेगा जी मुकाबले हो रहे हैं हाँ जी अगर इन्होंने जगह इतने अब कबड्डी कप हों उपराला होया ते वधिया पर फिर भी मैं हैरान हाँ भी बच्चों के मां बाप आए ने देखण ते बहुत बच्चों के फिर भी जो लोग इधर उधर देखण आ रहे हैं जिन्हां खेडां दा ज्ञान आए ने तो जिहड़े वो कि कहे मंडीर होंगी भीड़ होंगी वो भीड़ का कोई फायदा नहीं होंगे इकट्ठी करन दा जे कर भी ले 15-20 हज़ार तो उसका फायदा भी की होना वा पर सानू स्पोर्ट्स एक्टिविटी करनी चाहिए ना किसी को भीड़ मगर पैना चाहिए ना इकट्ठ मगर पैना चाहिए साड़ी स्पोर्ट्स एक्टिविटी चल रही है तो 1500 बच्चा खेड रहा तो 1000 बच्चा उन्होंने देख रहा माँ बाप देख रहे हैं कोच देख रहे हैं तो बड़ा वधिया अपना टेल जो हुनर आदि अपनी खोज हो रही है कि लगता नहीं भी ये जो बच्चे ने इन्हें बड़े होकर निरोग से सेहतमंद बनना बनना के जो अज असी देखते हैं कबड्डी कप हो रहे हैं उन्होंने जोड़े वीड्डी उम्र के ने पर एक अब की उम्र नंघा चुके हैं पर जो बच्चे ने सू संभालने की जोड़ आ देखो पहली गल जिन्हें बच्चे ने ये 70% बच्चे जो पुअर फैमिलिया रिलेटड ने दलित परिवार रिलेटड ने क्योंकि इन्होंने बच्चे पढ़ते हैं जेडे जिन्हें तुम गल करते उन्होंने हाथों तो मोबाइल ने ठीक है जहाँ हाथों ड्रग आ उन्होंने सानू लोड़ भी है नहीं वो ग्राउंड आन भी ना ग्राउंड आ के इन्हों जवाकों को माड़ा करे सानू तो ग्रास रूट से मजबूत करना चाहिए बच्चों और जोड़े साढ़े हथों निकल गए पैर निकल निकल जाए कोई एड्डी गल नहीं है कबड्डी कप्पा ने स्पोर्ट्स नहीं प्रमोट करनी ज कबड्डी कप्पा ने स्पोर्ट्स कल्चर नहीं करना वो तो आप होमे न पट्ठे होंगे ने लोगों के तो देखने वाले भी जोड़े होंगे ने देखो कबड्डी तो मैं सूँ एक गल दसा उन्होंने कराने वाले भी नशेड़ी होंगे ने देखने वाले भी तो खेडने वाले भी ये कबड्डी की उदाहरण बन गया ना कबड्डी का कोई रूल एंड रेगुलेशन है ना कबड्डी की कोई वर्ल्ड लैवल की बॉडी हैगी है पहला जिन्ना टाइम कबड्डी के नियम सिद्धांत नहीं बनते जिन्ना टाइम की वर्ल्ड लैवल की बॉडी नहीं बनती जिन्ना टाइम वो गेम रेकोगनाइज नहीं होंगी उन्ना टाइम कबड्डी ने तरक्की नहीं करनी जे बादलों ने कबड्डी के वर्ल्ड कप कराए ने उन्होंने राजनीतिक रैलियां सी वो कोई कबड्डी की प्रमोशन नहीं इतों तक अकाली सरकार 15 साल के करीब रही है पिछले 25 सालों के पंजाब का मन तो नहीं दे सके कबड्डी की खेड़ होर की करे ये सरकार प्लेयर जित के बाद पहला पैसे दें दें जिन्हें हूँ एशियन गेम चो आए हैं उन्होंने प्राइज मिल गया वा तो जेडे ओलंपिक के आ गए हैं और सब तो वड्डी गल है खुशखबरी भी जेडे ओलंपिक के साडे पंजाब के 11 प्लेयर से जो ब्रोंज मैडल आया हाकी का भगवंत मान ने 4 PCS और मेरे ख्याल 5 DSP मुंडे भर्ती कर रहे हैं एक दो प्लेयर पहले ही भर्ती है मनप्रीत SP है वा तो जदों प्लेयर इस लैवल की जॉब मिलेगी आपे जरा टेलेंट हैगा चाहे कबड्डी का चाहे क्रिकेट का वो आपे इधर आना वा इन गेमों वालों आना वा इस करके सरकार की मेन तो सारा एजेंडा सरकार से खड़ा वा जे वो ठोस सार्थक कोई स्पोर्ट्स पॉलिसी बनाऊगी तो लोग आपदे आप ही होंगे क्योंकि सरकार के हाथ बहुत चीज़ा होंदिया ने वो जिहड़ी चीज़ नूं पहलां की सी अकालिया मौके की सी ड्रग प्रमोट हुई सी लीडर के नौ भी अकालिया लीडर ने ड्रग के पिछे आए सी तो जे सरकार स्पोर्ट्स प्रमोट करेगी ठीक है तो आपदे आप ही स्पोर्ट्स पंजाब के सर्वाइव कर जाऊ।